voy a poner color. Ahora lo filtro. Canon. ਦੋਸਤੋ ਆਪਣਾ ਕਲਰ ਵਾਲਾ ਪ੍ਰਿੰਟਰ ਤਾਂ ਚੱਲਿਆ ਨਹੀਂ ਹੈਗਾ ਅਤੇ ਆਪਾਂ ਹੁਣ ਚਲਾ ਕੇ ਦੇਖਦੇ ਹਾਂ ਦੂਜਾ ਆਪਣਾ ਬਲੈਕ ਐਂਡ ਵਾਈਟ ਅਤੇ ਉਹਨੂੰ ਚਲਾਉਣ ਤੋਂ ਪਹਿਲਾਂ ਉਹਦੀ ਜਾਣੀ ਕਿ ਸਾਫ਼ ਸਫਾਈ ਅਤੇ ਰਿਪੇਅਰ ਕਰਨੀ ਪੈਣੀ ਹੈ ਥੋੜ੍ਹੇ ਬਹੁਤ ਦੀਆਂ ਤਾਰਾਂ ਵਗੈਰਾ ਲਾਉਣੇ ਵਾਲੀਆਂ ਟਾਂਕੇ ਟੂੰਕੇ ਬਾਕੀ ਦੇਖਦੇ ਹਾਂ ਜੇ ਵੀ ਆ ਜਾ ਤੂੰ ਹੁਣ ਇੱਧਰ ਨੂੰ ਦੋਸਤੋ ਜਿਵੇਂ ਕਿ ਤੁਹਾਨੂੰ ਕਹੇ ਸੀਗਾ ਇਹਦੇ ਵਿੱਚ ਚੂਹੀਆਂ ਵੜ ਜਾਂਦੀਆਂ ਅਤੇ ਉਹ ਦੇਖੋ ਚੂਹੀਆਂ ਦਾ ਨਤੀਜਾ ਇਹ ਵੈਸੇ ਮੈਨੂੰ ਚੂਹੀਆਂ ਦੀ ਘੱਟ ਕਿਰਲੀਆਂ ਦੀ ਵੱਧ ਲੱਗਦੀਆਂ ਕਿਉਂਕਿ ਇੱਥੇ ਅੰਡੇ ਵੀ ਪਏ ਕਿਰਲੀਆਂ ਦੇ ਆਹ ਤੁਹਾਨੂੰ ਦੇਖਦੇ ਹੋਣਗੇ ਬੜਾ ਗੰਦ ਮੰਦ ਯਾਰ ਨਹੀਂ ਪੈਕਿੰਗ ਕਰਨ ਦੇ ਬਾਵਜੂਦ ਵੀ ਇਹਦੇ ਵਿੱਚ ਕਿਰਲੀਆਂ ਵੜ ਗਈਆਂ ਤਾਂ ਬਹੁਤ ਮਾੜੀ ਗੱਲ ਆ ਯਾਰ ਉਹ ਵਿੱਚ ਨਹੀਂ ਹੈਗੀ ਬਾਹਰ ਹੀ ਬਾਹਰਲੀ ਸਾਈਡ ਵਿੱਚ ਹੀ ਅੰਡੇ ਦਿੱਤੇ ਪਏ ਨੇ ਸੋ ਇਹ ਆਪਣਾ ਪ੍ਰਿੰਟਰ ਹੈਗਾ ਸੈਮਸੰਗ ਦਾ ਇਹ ਸੈਮਸੰਗ ਦਾ ਦੇਖ ਲਓ ਤੁਸੀਂ ਕਿਹੜਾ ਆ ਇਹ ਸੈਮਸੰਗ ਦਾ ਹੈਗਾ ਆਪਣਾ SCX-4300 ਸੋ ਇਹ ਆਪਣਾ ਪ੍ਰਿੰਟਰ ਆ ਅਤੇ ਬਾਕੀ ਇਹਦੀ ਪ੍ਰਾਈਸ ਆ ਲਿਖੀ ਹੋਈ ਆ ਉਸ ਟਾਈਮ ਜਾਣੀ ਕਿ 9499 2008 ਬੈਕ ਸੋ ਅੱਜ ਅਗਲਾ ਦਿਨ ਅਤੇ ਅੱਜ ਫਿਰ ਕੋਠੇ 'ਤੇ ਆ ਗਏ ਅਤੇ ਕੋਠੇ ਕਿਹੜੀ ਕਿ ਵਧੀਆ ਮਾਹੌਲ ਆ ਸ਼ਾਂਤੀ ਵਾਲਾ ਅਤੇ ਬਾਕੀ ਫਸਲਾਂ ਫਸਲਾਂ ਤੁਸੀਂ ਦੇਖ ਸਕਦੇ ਹੋ ਪੱਕ ਚੁੱਕੇ ਆ ਮੱਕੇ ਵੱਢਣ ਵਧੀਆ ਵੱਢੀਆਂ ਪਈਆਂ ਜਿਹੜੀ ਕਿ ਹਜ਼ਾਰ ਤੋਂ ਵੱਧ ਰਹਿੰਦੀਆਂ ਵੈਸੇ ਪਰ ਵੱਢ ਵੀ ਸ਼ੁਰੂ ਹੋ ਚੁੱਕੀ ਕਈ ਦਿਨਾਂ ਦੀ ਅਤੇ ਆਪਣਾ ਪ੍ਰਿੰਟਰ ਅਤੇ ਆਪਾਂ ਇੱਥੇ ਬੈਠੇ ਹੋਣਾ ਚਾਹੀਦੀ ਕਰਾਂਗੇ ਰਿਪੇਅਰ ਸੋ ਅੱਜ ਆਪਾਂ ਨੂੰ ਸਾਫ਼ ਸਫਾਈ ਕਰਨ ਵਾਸਤੇ ਬਸ ਆਪਣੇ ਕੋਲ ਉਹੀ ਸਮਾਨ ਆ ਇਹ ਆਪਣੇ ਹੋ ਗਏ ਸਾਰੇ ਸਕਰਿਊ ਆਹ ਹੈਗਾ ਆਪਣਾ ਬਰੱਸ਼ 50 mm ਦਾ ਸੋ ਇਹਦੇ ਨਾਲ ਆਪਾਂ ਥੋੜ੍ਹੀ ਬਹੁਤੀ ਕਲੀਨਿੰਗ ਵਗੈਰਾ ਕਰਾਂਗੇ ਆਪਣੇ ਕੋਲ ਸੈਨੀਟਾਈਜ਼ਰ ਪਿਆ ਅਲਕੋਹਲ ਅਤੇ ਇਹਦੇ ਨਾਲ ਮਾੜੀ ਮੋਟੀ ਜਾਣੀ ਕਿ ਦੇਖਾਂਗੇ ਲੋੜ ਪਈ ਅਤੇ ਬਾਕੀ ਆਪਣੇ ਕੋਲ ਛੋਟਾ ਬਰੱਸ਼ ਆ ਬਾਕੀ ਮੇਨ ਤਾਂ ਬਸ ਜਾਣੀ ਕਿ ਅੱਜ ਕੰਮ ਖੋਲ੍ਹਣ ਦਾ ਥੋੜ੍ਹਾ ਬਹੁਤ ਜਾਣੀ ਕਿ ਰਿਪੇਅਰ ਵਗੈਰਾ ਕਰਨਾ ਅਤੇ ਬਾਕੀ ਚਲੋ ਪ੍ਰੋਸੈਸ ਆਪਾਂ ਸ਼ੁਰੂ ਕਰਦੇ ਹਾਂ ਸੋ ਜਿਵੇਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੀ ਸ਼ਾਈਨਿੰਗ ਵਗੈਰਾ ਹਜੇ ਵੀ ਉਵੇਂ ਆ ਬਾਕੀ ਥੋੜ੍ਹੀ ਬਹੁਤੀ ਸਫਾਈ ਵਗੈਰਾ ਕਰਨ ਵਾਲੀ ਹੈਗੀ ਹੁਣ ਇਹਦੀ ਬਾਕੀ ਦੇਖੋ ਇਹਦੇ ਅੰਦਰਲੇ ਪਾਸੇ ਘਰ ਦਾ ਬਹੁਤ ਜੰਮਿਆ ਹੋਇਆ ਹੈ ਸੋ ਇਹਦੇ ਵਿੱਚ ਜਾਣੀ ਕਿ ਇੰਕ ਪੈਂਦੀ ਆ ਬਾਕੀ ਮੈਨੂੰ ਬਹੁਤ ਪਤਾ ਨਹੀਂ ਇਹਦਾ ਹਿਸਾਬ ਤਾਂ ਬਾਕੀ ਆਪਣਾ ਯੂਟਿਊਬ ਵਗੈਰਾ ਤੋਂ ਦੇਖ ਕੇ ਤਾਂ ਕਰਦੇ ਕੰਮ ਅਤੇ ਇਹਨੂੰ ਰੱਖਦੇ ਆਪਾਂ ਸਾਈਡ ਅਤੇ ਬਾਕੀ ਆ ਚਲੋ ਉੱਪਰੋਂ ਸਕੈਨਿੰਗ ਵਗੈਰਾ ਵਾਲਾ ਕਾ ਅੱਗੇ ਸਿਸਟਮ ਅਤੇ ਇੱਧਰੋਂ ਪੇਜ ਪ੍ਰਿੰਟ ਆਊਟ ਨਿਕਲਦਾ ਬਾਹਰ ਬਾਕੀ ਬੈਕ ਸਾਈਡ ਤੋਂ ਨਿਕਲਦਾ ਅਤੇ ਨੀਚੇ ਇਹਦੀ ਆ ਟਰੇ ਆ ਇਹ ਟਰੇ ਇਹਨੂੰ ਚੱਕ ਕੇ ਆਪਾਂ ਖੋਲ੍ਹਦੇ ਹਾਂ ਅਤੇ ਇੱਥੇ ਜਾਣੀ ਕਿ ਆਪਣੇ A4 ਸਾਈਜ਼ ਦੀ ਸ਼ੀਟਸ ਵਗੈਰਾ ਜਿਵੇਂ ਵੱਡੀਆਂ ਵੀ ਪੈ ਜਾਂਦੀਆਂ ਬਾਕੀ ਆਪਾਂ ਇੱਥੋਂ ਵੀ ਸਿੰਪਲ ਪਾ ਸਕਦੇ ਹਾਂ ਸ਼ੀਟਸ ਸੋ ਇਹਦੀ ਟਰੇ ਆ ਇਹ ਬਹੁਤ ਜ਼ਿਆਦਾ ਗੰਦੀ ਹੋਈ ਆ ਮੇਨ ਜਾਣੀ ਕਿ ਚੂਹੀਆਂ ਦੀ ਐਂਟਰੀ ਇੱਥੋਂ ਹੀ ਹੁੰਦੀ ਸੀ ਸੋ ਇਹ ਟਰੇ ਸਾਫ਼ ਕਰਨੀ ਆਪਾਂ ਚੰਗੀ ਤਰ੍ਹਾਂ ਬਾਕੀ ਇਹਨੂੰ ਦੇਖਦੇ ਹੁਣ ਆਪਾਂ ਕਿੱਧਰੋਂ ਖੁੱਲੂ ਇਹ ਸੋ ਆਪਾਂ ਨੂੰ 4 ਸਕਰਿਊ ਮਿਲ ਗਏ ਨੇ ਬੈਕ ਸਾਈਡ ਦੇ ਉੱਤੇ ਅਤੇ ਇਹਨਾਂ ਨੂੰ ਆਪਾਂ ਖੋਲ੍ਹਦੇ ਹਾਂ ਅਤੇ ਬਾਕੀ ਜੇ ਪ੍ਰਿੰਟ ਆਊਟ ਕੱਢਣਾ ਹੋਵੇ ਇੱਥੋਂ ਪਿੱਛੋਂ ਵੀ ਨਿਕਲ ਆਉਂਦਾ ਪੇਜ ਜਦੋਂ ਇਹ ਬੰਦ ਹੁੰਦਾ ਫਿਰ ਮੋਹਰੋਂ ਨਿਕਲ ਆਉਂਦਾ ਮੈਨੂੰ ਲੱਗਦਾ ਸੀ ਇਹ ਥੋੜ੍ਹਾ ਬਹੁਤ ਰਿਪੇਅਰ ਹੋ ਜੂਗਾ ਬਟ ਲੱਗਦਾ ਨਹੀਂ ਬੜਾ ਬੁਰਾ ਹਾਲ ਕੀਤਾ ਹੋਇਆ ਚੂਹੀਆਂ ਨੇ ਯਾਰ ਜਰਾ ਦੇਖੋ ਕਿਵੇਂ ਚੰਗਾਲ ਲੱਗ ਗਿਆ ਮੁਸ਼ਕਿਲ ਆ ਚੱਲੇ ਹੁਣ ਇਹ ਦੇਖ ਜਾਣੀ ਕਿ ਆਪ ਹੀ ਮਤਲਬ ਠੀਕ ਹੁੰਦਾ ਫਿਰ ਤਾਂ ਮੈਂ ਕਰ ਲੈਣਾ ਸੀ ਮੈਨੂੰ ਲੱਗਦਾ ਬਾਕੀ ਚਲੋ ਦੇਖਦੇ ਹਾਂ ਉੱਪਰ ਜੰਗੀ ਲੱਗਿਆ ਹੋਇਆ ਬਟ ਮੈਨੂੰ ਲੱਗਦਾ ਨਹੀਂ ਫਿਰ ਵੀ ਚੱਲੂਗਾ ਸਾਰੇ ਹੀ ਸ਼ੋਰਟ ਸਰਕਟ ਜਿਹਾ ਹੋਇਆ ਸੋ ਦੋਸਤੋ ਹਾਲੇ ਤੱਕ ਬਸ ਆਪਾਂ ਇੰਨਾ ਕੀ ਖੋਲ੍ਹਿਆ ਮੈਨੂੰ 10-15 ਮਿੰਟ ਹੋ ਗਏ ਇਹਨੂੰ ਦੇਖਦੇ ਨੂੰ ਇਹਦੀ ਅਸਲ ਦੇ ਵਿੱਚ ਫਰੰਟ ਤੋਂ ਤਾਂ ਖੁੱਲ੍ਹ ਗਿਆ ਉਹ ਵੀ ਬੈਕ ਤੋਂ ਵੀ ਲਗਭਗ ਖੁੱਲ੍ਹ ਗਿਆ ਬਸ ਸਾਈਡਾਂ ਵਾਲੀਆਂ ਚੀਜ਼ਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਮੈਂ ਸਾਈਡਾਂ ਵਾਲੇ ਲੋਕ 'ਚ ਲੱਗੇ ਹੋਏ ਨੇ ਕਿਤੇ ਉਹ ਨਹੀਂ ਸਮਝ ਲੱਗਦੀ ਕਿਵੇਂ ਖੁੱਲ੍ਹਣਗੇ ਸੋ ਆਪਣੇ ਪੁਰਜੇ ਪੁਰਜੇ ਕਾਫੀ ਨਿਕਲੇ ਬਾਹਰ ਆਪਣੇ ਨਹੀਂ ਪ੍ਰਿੰਟਰ ਦੇ ਅਤੇ ਬਾਕੀ
ਜਿਹੜੀ ਚੀਜ਼ ਆਪਾਂ ਦਾਰਾਂ ਚਾਹੀਦੀਆਂ ਅਜੇ ਵੀ ਉਹ ਨਿਕਲੀਆਂ ਨਹੀਂ ਹੈਗੀਆਂ। ਚਲੋ ਕੁਛ ਤਾਂ ਥੋੜ੍ਹੀ ਬਹੁਤੀ ਪ੍ਰੋਗਰੈਸ ਹੋਈ ਹੈ, ਬਾਕੀ ਮੈਨੂੰ ਪਤਾ ਨਹੀਂ ਮੈਂ ਖੋਲ੍ਹ ਕੇ ਹੋ ਰਿਹਾ, ਬਸ ਮੈਂ ਖੋਲ੍ਹ ਤਾਂ ਇੱਥੇ ਗੱਲ ਕਰਕੇ ਰਹੇ ਵੈਸੇ। ਚਲੋ ਸਾਫ਼ ਸਫਾਈ ਕਰਦੇ ਹਾਂ ਜੀ, ਸਾਫ਼ ਸਫਾਈ ਕਰਕੇ ਇਹਨੂੰ ਦੁਬਾਰਾ ਜੋੜਦੇ ਹਾਂ, ਪਰ ਇਹਦਾ ਚੱਲਣਾ ਨਹੀਂ ਹੈਗਾ ਕਿਉਂਕਿ ਜੇ ਆਹ ਸਿਸਟਮ ਸਾਰਾ ਲੋਟ ਹੁੰਦਾ ਨਾ, ਆਹ ਮਦਰਬੋਰਡ ਜਿਹੜਾ ਖਰਾਬ ਹੋਇਆ ਇਹ ਜੰਗਾਲ ਵਗੈਰਾ ਲੱਗਿਆ ਹੋਇਆ, ਜੇ ਠੀਕ ਹੁੰਦਾ ਫਿਰ ਚੱਲ ਪਾਉਣਾ ਸੀ। ਅਤੇ ਇੱਧਰ ਦੇਖੋ ਆ ਜਿਹੜੀ ਇਹ ਤਾਰ ਲੱਗੀ ਹੋਈ ਆ, ਇਹ ਆਪਣੀ ਜਾਣੀ ਕਿ ਕੰਪਿਊਟਰ ਨੂੰ ਕਨੈਕਟ ਹੁੰਦੀ ਆ, ਅਤੇ ਜਾਣੀ ਕਿ ਇਹੀ ਮੇਨ ਖਰਾਬ ਆ। ਉੱਪਰਲਾ ਸਿਸਟਮ ਤਾਂ ਖੁੱਲ੍ਹ ਗਿਆ, ਆਹ ਉੱਪਰਲਾ ਸਾਰਾ ਇੱਧਰੋਂ ਚੱਕ ਹੋ ਜਾਂਦਾ ਹੁਣ ਪੂਰਾ, ਬਟ ਆਹ ਸਾਈਡ ਵਾਲੇ ਹਜੇ ਵੀ ਨਹੀਂ ਖੁੱਲ੍ਹੇ ਹੈਗੇ, ਟਰਾਈ ਤਾਂ ਕਰ ਰਹੇ ਹਾਂ। ਸੋ ਦੋਸਤੋ ਕਾਫ਼ੀ ਮੁਸ਼ੱਕਤ ਦੇ ਬਾਅਦ ਆਪਾਂ ਤੋਂ ਆਹ ਸਾਈਡ ਵਾਲਾ ਪਾਸਾ ਖੁੱਲ੍ਹਿਆ। ਦੋਸਤੋ ਇਹਦੇ ਵਿੱਚ ਆਪਾਂ ਨੂੰ ਦੋ ਕੁ ਤਿੰਨ ਚੀਜ਼ਾਂ ਜੀਵ ਜਿਹੀਆਂ ਮਿਲੀਆਂ। ਇੱਕ ਤਾਂ ਆਹ ਚੀਜ਼ ਮੈਨੂੰ ਸਮਝਣ ਲੱਗੀ, ਇਹ ਇੱਥੇ ਜਾਣੀ ਕਿ ਟਿਕਾਈ ਹੋਈ ਸੀਗੀ, ਇਹ ਪਤਾ ਨਹੀਂ ਕੀ ਚੀਜ਼ ਹੈ, ਮੇ ਬੀ ਸ਼ਾਇਦ ਮੈਗਨੈਟਿਕ ਫੀਲਡ ਵਾਸਤੇ ਕੁਛ। ਅਤੇ ਬਾਕੀ ਆਹ ਦੇਖੋ ਇੱਥੇ ਵੀ ਆ ਮੈਗਨੈਟਿਕ ਚੀਜ਼ ਵਾਂਗੂ ਕੁਛ ਲੱਗਿਆ ਹੋਇਆ, ਅਤੇ ਬਾਕੀ ਇਹਦੇ 'ਤੇ ਲਿਖਿਆ ਤਾਂ ਹੈਗਾ ਕੁਛ ਫੀਲਕਸ ਬੀ ਐੱਨ ਐੱਫ 12। ਤਾਰ ਇਹਦੇ ਵਿੱਚ ਤਾਂ ਲੰਘਾਈ ਹੋਈ ਸੀ, ਅਤੇ ਇਹ ਜਾਂਦੀ ਆਪਣੇ ਉੱਪਰ ਵੀ ਰਿਬਨ ਜਿਹਾ ਖਰਾਬ ਹੈ ਇਹਦਾ ਰਿਬਨ ਵਾਇਰ, ਅਤੇ ਬਾਕੀ ਆ ਜੰਗਾਲ ਬੜਾ ਲੱਗਿਆ ਹੋਇਆ। ਸੋ ਦੋਸਤੋ ਜਿਵੇਂ ਮੈਂ ਸਾਈਡ ਪੈਨਲ ਜਿਹਾ ਖੋਲ੍ਹਿਆ, ਦੇਖੋ ਵਿੱਚ ਕਿੰਨਾ ਕਚਰਾ ਨਿਕਲਿਆ, ਕਿੰਨੇ ਚੂਹੇ ਨੇ ਕਾਗਜ਼ ਕੂਗਜ਼ ਰੱਖੇ ਹੋਏ, ਸਾਰੀ ਇਹਦੀ ਡਿਸਅਸੈਂਬਲਿੰਗ ਹੋ ਚੁੱਕੀ ਹੈ। ਅਤੇ ਆਹ ਦੇਖੋ ਤਾਰਾਂ ਦੇਖੋ ਕਿੰਨੀ ਵੱਡੀ ਪਈਆਂ, ਇਹਨਾਂ ਨੇ ਚੂਹੇ ਨੇ ਕੁਛ ਛੱਡਿਆ ਹੀ ਨਹੀਂ ਯਾਰ, ਅਤੇ ਬਾਕੀ ਜੰਗਾਲ ਵਗੈਰਾ ਬਹੁਤ ਜ਼ਿਆਦਾ ਲੱਗ ਚੁੱਕਿਆ, ਰਸਟੀ ਰਸਟ ਹੋਈ ਪਈ ਹੈ। ਕੁਸ਼ਨ ਇਹਦੇ ਬਾਕੀ ਬਾਹਰ ਨਿਕਲੀ ਹੋਈ ਹੈ, ਇਸ ਤੋਂ ਅੱਗੇ ਖੋਲ੍ਹ ਨਹੀਂ ਸਕਦੇ। ਚਲੋ ਇੱਥੇ ਤਾਂ ਇੱਦੋਂ ਅੱਗੇ ਆਪਾਂ ਖੋਲ੍ਹਣਾ ਵੀ ਹੈ ਜੀ, ਮੁਸ਼ਕਿਲ ਹੀ ਆ ਕੰਮ। ਬਸ ਹੁਣ ਡਿਸਅਸੈਂਬਲ ਕਰਤਾ, ਹੁਣ ਦੁਬਾਰਾ ਬਸ ਅਸੈਂਬਲ ਕਰਨਾ ਆਪਾਂ, ਹੋਰ ਕੁਛ ਨਹੀਂ ਕਰਨਾ। ਸਾਫ਼ ਸਫਾਈ ਦੀ ਕੀ ਕਰਨੀ ਯਾਰ, ਚੱਲਣਾ ਤਾਂ ਹੈ ਨਹੀਂ ਨਾ। ਦੋਸਤੋ ਇਹ ਤਾਂ ਜਾਣੀ ਕਿ ਕੰਮ ਕਰਨੇ ਤਾਂ ਹੁਣ ਬੇਕਾਰ ਹੀ ਆ, ਕੋਈ ਫਾਇਦਾ ਨਹੀਂ ਹੋਇਆ ਇਹਨੂੰ ਖੋਲ੍ਹਣ ਦਾ। ਆਹ ਦੇਖੋ ਸਾਰਾ ਕੁਛ ਉੱਕੜਿਆ ਫਿਰਦਾ, ਜੇ ਇਹਨੂੰ ਸੈਨੀਟਾਈਜ਼ਰ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਵੀ ਕਰਾਂ ਤਾਂ ਵੀ ਮੈਨੂੰ ਲੱਗਦਾ ਹੋਣਾ ਨਹੀਂ ਕੰਮ ਸਾਫ਼, ਜਦੋਂ ਹੋ ਜੂ ਬਟ ਹੁਣ ਸਮਾਨ ਹੀ ਉੱਕੜਿਆ ਫਿਰਦਾ। ਜੇਕਰ ਇਹਦਾ ਬੋੜਾ ਖਰਾਬ ਨਾ ਹੁੰਦਾ ਨਾ, ਫਿਰ ਇਹ ਤਾਂ ਚਲੋ ਆਪਾਂ ਮੈਂ ਕਰ ਲੈਣਾ ਸਿੱਟ ਕੰਮ, ਮੈਨੂੰ ਤਾਂ ਲੱਗਿਆ ਚੱਲ ਆਹੀ ਤਾਰ ਰਹੀ ਹਾਂ, ਇਹ ਤਾਰਾਂ ਮੈਂ ਦੇਖ ਲੈਂਦਾ ਜੋੜ ਲੈਂਦਾ, ਬਟ ਤਾਰ ਵੀ ਜ਼ਿਆਦਾਤਰ ਸਾਰੀ ਰੈਂਡੀ ਹੈ, ਪਤਾ ਨਹੀਂ ਸੁੱਕਣਾ ਕਿਹੜੀ ਕਿਹਦੀ ਹੈ। ਚਲੋ ਫਿਰ ਵੀ ਵੈਸੇ ਜਿਹੜਾ ਟਰਾਈ ਕਰ ਲੈਣਾ ਸੀ ਮੈਂ ਕੁਛ ਨਾ ਕੁਛ, ਅਤੇ ਬਾਕੀ ਚਲੋ ਹੁਣ ਇਹਦਾ ਕੁਛ ਹੋ ਨਹੀਂ ਸਕਦਾ, ਇਹ ਤਾਂ ਹੁਣ ਮਕੈਨਿਕ ਕੋਲ ਹੀ ਜਾਊਗਾ ਰਿਪੇਅਰ ਕਰਨ ਵਾਸਤੇ, ਜੇ ਇਹਦੀ ਹੋ ਗਈ ਰਿਪੇਅਰ ਤਾਂ ਬਾਕੀ ਇਹਦੀ ਹੁਣ ਆਪਾਂ ਰਿਪੇਅਰ ਵਗੈਰਾ ਕਰਵਾਉਣੀ ਨਹੀਂ, ਆਪਾਂ ਦੂਜੇ ਪ੍ਰਿੰਟਰ ਚਾਲੂ ਕਰਦੇ ਹਾਂ ਕਲਰ ਵਾਲਾ, ਉਹ ਸਾਰਾ ਸਹੀ ਹੈ, ਉਹ ਜਾਣੀ ਕਿ ਸਾਰਾ ਬੰਦ ਸੀਗਾ, ਉਹ 'ਚ ਕਿਸੇ ਪਾਸੇ ਕੋਈ ਚੂਹੀ ਚਾਹੀ ਨਹੀਂ ਬੜੀ, ਅਤੇ ਉਹ ਸਾਰਾ ਸਹੀ ਸਲਾਮਤ ਆ। ਦੋਸਤੋ ਜਿਵੇਂ ਹੁਣ ਤੁਸੀਂ ਦੇਖਿਆ ਆਪਣਾ ਜਾਣੀ ਕਿ ਇਹਦਾ ਸਾਰਾ ਕੁਛ ਖੋਲ੍ਹ ਲਿਆ ਆਪਾਂ, ਸਾਰਾ ਕੁਛ ਜਾਣੀ ਕਿ ਇਹਦਾ ਕੁਛ ਠੀਕ ਨਹੀਂ ਹੈਗਾ, ਸਭ ਕੁਛ ਇਹਦਾ ਹਿੱਲਿਆ ਹੋਇਆ, ਤਾਰਿਆਂ ਤੁਲੋਂ ਸਾਰੀਆਂ ਵੱਡੀਆਂ ਪਈਆਂ, ਬਾਕੀ ਇਹਦਾ ਮੇਨ ਬੋਰਡ ਜਿਹੜਾ ਸਰਕਿਟ ਬੋਰਡ ਉਹ ਵੀ ਖਰਾਬ ਆ। ਬਸ ਜਿਹੜੀ ਇਹਦੀ ਵਧੀਆ ਚੀਜ਼ ਆ ਉਹ ਆਹ ਆ, ਇਹ ਜਾਣੀ ਕਿ ਇਹਦੇ ਜਿਹੜਾ ਉੱਪਰਲਾ ਸਕੈਨ ਆ ਜਿੱਥੇ ਪੇਜ ਰੱਖ ਕੇ ਸਕੈਨ ਕਰਦੇ ਹਾਂ, ਜਾਣੀ ਕਿ ਉਹ ਇਹਦਾ ਸਾਰਾ ਸਹੀ ਹੈ ਕੰਮ, ਅਤੇ ਉਹ ਚੱਲਦਾ, ਅਤੇ ਬਾਕੀ ਤਾਂ ਜਾਣੀ ਕਿ ਇਹਦਾ ਕੰਮ ਖਰਾਬ ਹੀ ਆ। ਚਲੋ ਵੈਸੇ ਜਦੋਂ ਇਹ ਲਾਸਟ ਟਾਈਮ ਮੈਂ ਇਕੱਠੇ ਕਰਕੇ ਰੱਖੇ ਸੀ, ਬੰਦ ਕੀਤੇ ਸੀ, ਉਦੋਂ ਮੈਂ ਤਾਂ ਹੀ ਰੱਖਦੇ ਸੀਗੇ ਕਿਉਂਕਿ ਇਹ ਚੂਹੀ ਨੇ ਵੱਢਦਾ ਸੀ ਉਦੋਂ, ਉਸ ਟਾਈਮ 'ਤੇ ਹੀ ਵੱਢਿਆ ਹੋਇਆ ਇਹ, ਸੋ ਉਸ ਟਾਈਮ 'ਤੇ ਇਹਨਾਂ ਨੁਕਸਾਨ ਹੋਇਆ। ਅੱਜ ਤੋਂ ਮੈਨੂੰ ਲੱਗਦਾ 7 ਸਾਲ ਪਹਿਲਾਂ ਰੱਖੇ ਸੀ ਡੱਬੇ 'ਚ ਬੰਦ ਕਰਕੇ। ਸੋ ਚਲੋ ਅੱਜ ਦੀ ਵੀਡੀਓ ਇੱਥੇ ਨਹੀਂ ਸੀ, ਕੁਛ ਚੱਲਿਆ ਨਹੀਂ ਹੈਗਾ, ਅਤੇ ਬਾਕੀ ਆਪਾਂ ਨੂੰ ਓਪਨ ਕਰਨ 'ਚ ਮਜ਼ਾ ਆਇਆ, ਅਤੇ ਬਸ ਆਪਾਂ ਫਿਰ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਅਤੇ ਬਾਕੀ ਦੇਖਦੇ ਤੁਹਾਨੂੰ ਅੱਗੇ ਆਪਾਂ ਅਪਡੇਟ ਦੇਵਾਂਗੇ ਜੇ ਪ੍ਰਿੰਟਰ ਵਗੈਰਾ ਆਪਾਂ ਦੂਜਾ ਠੀਕ ਕੀਤਾ। ਅਤੇ ਬਸ ਅੱਜ ਦੀ ਵੀਡੀਓ ਬਸ ਇੱਥੇ ਖਤਮ ਹੁੰਦੀ ਹੈ, ਅਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ।